ਤਾਂ ਦੱਸ ਦਈਏ ਕਿ ਇੱਕ ਸ਼ਖਸ ਦੇ ਘਰ ਦੇ ਵਿੱਚ ਵੜ ਕੇ ਉਸਦੇ ਗੋਲੀਆਂ ਮਾਰੀਆਂ ਗਈਆਂ ਸੀ, ਜਿਸ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸੀ। ਤਾਂ ਪੁਲਿਸ ਦੇ ਵੱਲੋਂ ਹੁਣ 6 ਮੁਲਜ਼ਮਾਂ ਨੂੰ ਇਸ ਸੰਬੰਧੀ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ, ਜਿੱਥੇ ਕੁਝ ਦਿਨ ਪਹਿਲਾਂ ਹੀ ਇਹਨਾਂ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਭੰਨ ਤੋੜ ਕੀਤੀ ਗਈ ਤੇ ਫਿਰ ਗੋਲੀਆਂ ਚਲਾਈਆਂ ਗਈਆਂ ਸੀ, ਜਿਸ ਦੇ ਵਿੱਚ ਇੱਕ ਸ਼ਖਸ ਦੇ ਗਰਦਨ ਦੇ ਵਿੱਚ ਗੋਲੀ ਲੱਗਦੀ ਹੈ। ਤਾਂ ਵਾਰਦਾਤ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਪੁਲਿਸ ਇਸ ਸੰਬੰਧੀ ਲਗਾਤਾਰ ਛਾਣਬੀਨ ਕਰ ਰਹੀ ਸੀ। ਤਾਂ ਪੁਲਿਸ ਦੇ ਵੱਲੋਂ ਹੁਣ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਤਾਂ ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦੇ ਇਹਨਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਦੱਸ ਦਈਏ ਕਿ ਕਈ ਰਾਊਂਡ ਫਾਇਰ ਕੀਤੇ ਗਏ ਸੀ, ਜਿਸ ਦੇ ਵਿੱਚ ਹਰਦੀਪ ਸਿੰਘ ਨਾਮਕ ਵਿਅਕਤੀ ਦੇ ਗਰਦਨ ਦੇ ਵਿੱਚ ਗੋਲੀ ਲੱਗੀ ਸੀ ਤੇ ਗੰਭੀਰ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਤਾਂ ਜ਼ਖਮੀ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਵੀ 19 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਤਾਂ ਹੁਣ ਇਸ ਘਟਨਾ ਤੋਂ ਬਾਅਦ ਸਾਰੇ ਆਰੋਪੀ ਫਰਾਰ ਹੋ ਗਏ ਸੀ, ਜਿਨ੍ਹਾਂ ਦੀ ਭਾਲ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਤਾਂ ਪੁਲਿਸ ਨੇ ਇਸ ਸੰਬੰਧੀ ਦੱਸਿਆ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਅਲੱਗ ਅਲੱਗ ਜ਼ਿਲ੍ਹਿਆਂ ਦੀ ਪੁਲਿਸ ਟੀਮਾਂ ਦੇ ਵੱਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਗੋਲੀ ਚਲਾਉਣ ਵਾਲੇ ਲੜਕੇ ਸਮੇਤ 6 ਆਰੋਪੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਚੋਂ 3 ਖਿਲਾਫ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਸੀ। ਤਾਂ ਇਸ ਘਟਨਾ 'ਚ ਇਸਤੇਮਾਲ ਕੀਤੇ ਗਏ ਹਥਿਆਰਾਂ ਸੰਬੰਧੀ ਵੀ ਜਾਣਕਾਰੀ ਮਿਲ ਗਈ ਹੈ, ਜਿਨ੍ਹਾਂ ਨੂੰ ਕਿ ਜਲਦ ਬਰਾਮਦ ਕਰ ਲਿਆ ਜਾਵੇਗਾ। ਤਾਂ ਇਸ ਤੋਂ ਇਲਾਵਾ ਜੋ ਜ਼ਖਮੀ ਦੇ ਬਿਆਨ ਤੇ 19 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ, ਉਸ ਸੰਬੰਧੀ ਬਾਕੀ ਲੋਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇੱਕ ਬੰਦਾ ਹੈ ਬਾਈ ਦਾ ਨੇਮ ਆਫ ਹਰਦੀਪ, ਉਹਨੂੰ ਕੁਝ 60 ਵੱਜੀ ਹੈ ਐਂਡ ਅਲੈਜਡਲੀ ਇਟ ਵਾਸ ਅ ਫਾਇਰਆਰਮ ਇੰਜਰੀ। ਔਰ ਉਹ 'ਚ ਇਹ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ 2 ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋਇਆ ਐਂਡ ਆਪਸ 'ਚ ਇਹਨਾਂ ਨੇ ਪਬਲਿਕ ਪਲੇਸ ਦੇ ਵਿੱਚ ਆ ਕੇ ਕਾਫੀ ਇਹਨਾਂ ਨੇ ਇੱਕ ਪਬਲਿਕ ਆਰਡਰ ਨੂੰ ਡਿਸਰਪਟ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਫਰੀਦਕੋਟ ਪੁਲਿਸ ਨੇ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਹੋਏ ਕੀਪਿੰਗ ਇਨ ਵਿਊ ਆਰ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਾਈਮ ਐਸ ਪਰ ਦ ਡਾਇਰੈਕਸ਼ਨਸ ਆਫ ਆਰ ਓਨਰੇਬਲ ਸੀ ਐਮ ਸਾਹਿਬ ਔਰ ਸਾਡੇ ਡੀ ਜੀ ਪੀ ਸਾਹਿਬ, ਉਹਨਾਂ ਦੀ ਸਾਨੂੰ ਜਿਹੜੀ ਹਿਦਾਇਤਾਂ ਹੈਗੀਆਂ ਅਤੇ ਉਹਦੇ ਹਿਸਾਬ ਨਾਲ ਹੀ ਅਸੀਂ ਕੰਮ ਕਰਦੇ ਹੋਏ ਇਮੀਡੀਏਟਲੀ ਸਾਡੀ ਸਾਰੀਆਂ ਟੀਮਾਂ, ਸਾਰੇ ਹੀ ਬੰਦੇ ਸੈਲਫ ਮੋਟੀਵੇਟ ਹੋ ਕੇ ਉੱਥੇ ਮੌਕੇ 'ਤੇ ਪਹੁੰਚੇ ਅਤੇ ਨਾ ਹੀ ਉਹਨਾਂ ਨੇ ਸਿਚੁਏਸ਼ਨ ਨੂੰ ਉਸ ਵੇਲੇ ਕੰਟਰੋਲ ਕੀਤਾ, ਬਲਕਿ ਓਵਰ ਦ ਪੀਰੀਅਡ ਆਫ ਨੈਕਸਟ 3 ਡੇਜ਼ ਵੀ ਰੇਡਿਡ ਵੇਰੀਅਸ ਡਿਸਟ੍ਰਿਕਟਸ, ਜਿਹਦੇ 'ਚ ਮੁਕਤਸਰ, ਮੋਗਾ, ਫਿਰੋਜ਼ਪੁਰ, ਇੱਥੇ ਲੋਕਲ ਫਰੀਦਕੋਟ 'ਤੇ ਸਾਡੀਆਂ ਰੇਡਾਂ ਚੱਲਦੀ ਪਈ ਸੀ, ਬਟਾਲੇ ਤੱਕ ਅਸੀਂ ਗਏ ਹਾਂ ਔਰ ਬੈਕ ਟੂ ਬੈਕ ਇਹਦੇ ਗਾਂ ਤੋਂ ਗਾਂ ਅਸੀਂ ਬੰਦੇ ਆਈਡੈਂਟੀਫਾਈ ਕੀਤੇ, ਇਹਨਾਂ ਦੀ ਬੈਕਵਰਡ ਲਿੰਕੇਜਸ ਅਸੀਂ ਜੋੜੀਆਂ ਐਂਡ ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਨੈਬ 6 ਪੀਪਲ, ਜਿਹੜੇ ਇਹਦੇ 'ਚ ਇੰਕਲੂਡਿੰਗ ਦ ਪਰਸਨ ਜਿਹਦੇ ਉੱਤੇ ਇਹ ਐਲੀਗੇਸ਼ਨਸ ਨੇ ਕਿ ਉਹਨੇ ਫਾਇਰ ਕੀਤਾ ਸੀ, ਉਹਨੂੰ ਵੀ ਅਸੀਂ ਫੜਨ 'ਚ ਕਾਮਯਾਬ ਹੋ ਗਏ ਨੇ। ਸੋ ਯੂ ਕੈਨ ਸੀ ਕਿ ਅਸੀਂ ਇੱਕ ਬਹੁਤ ਸਟ੍ਰਿੰਜੈਂਟ ਧਾਰਾਵਾਂ ਦੇ ਵਿੱਚ ਅਸੀਂ ਇਹ ਪਰਚਾ ਦਿੱਤਾ ਹੈ। ਵੀ ਆਲਸੋ ਵਾਂਟਡ ਟੂ ਸੈਂਡ ਅ ਵੈਰੀ ਸਟਰੋਂਗ ਮੈਸੇਜ ਕਿ ਅਗਰ ਕੋਈ ਵੀ ਮਾੜਾ ਆਂਸਰ, ਗੁੰਡਾ ਆਂਸਰ, ਇਸ ਟਾਈਪ ਦੀ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਹਨੂੰ ਬਹੁਤ ਟਫ ਸੈਕਸ਼ਨ 'ਚ ਜਿਹੜੇ ਕਾਨੂੰਨ ਨੇ ਸਾਨੂੰ ਅਲਾਓ ਕੀਤੇ ਹੈ ਉਹ 'ਚ ਅਸੀਂ ਬੁੱਕ ਕਰਾਂਗੇ, ਉਹਨੂੰ ਤੁਸੀਂ ਅਸੀਂ ਫੜਾਂਗੇ ਅਤੇ ਅਸੀਂ ਤੁਹਾਨੂੰ ਜੇਲ੍ਹ 'ਚ ਭੇਜਾਂਗੇ। ਜਿਹੜੇ ਬੰਦੇ ਅਰੈਸਟ ਹੋਏ ਇਹਦੇ 'ਚ ਉਹਨਾਂ ਦੇ ਨਾਂ ਹੈਗੇ ਰੋਬਿਨ ਸਿੰਘ ਉਰਫ ਘੁੱਗਾ, ਸਤਨਾਮ ਸਿੰਘ, ਗੁਰਤੇਜ ਸਿੰਘ, ਸੁੱਖਾ ਸਿੰਘ, ਸੰਦੀਪ ਸਿੰਘ ਔਰ ਕਾਕੂ ਸਿੰਘ। ਜਿਹੜਾ ਇਹ ਰੋਬਿਨ ਸਿੰਘ ਅਤੇ ਸੁੱਖਾ ਸਿੰਘ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਅਤੇ ਇਹਨਾਂ 'ਤੇ ਪਹਿਲਾਂ ਵੀ ਪੁਰਾਣੇ ਪਰਚੇ ਹੈਗੇ। ਇਹਨਾਂ ਦੀ ਪੁਰਾਣੀ ਇੱਕ ਪ੍ਰੀਵੀਅਸ ਐਨਮਿਟੀ ਚੱਲਦੀ ਸੀ ਜੀ, 2 ਗਰੁੱਪਸ ਹੈ, ਇਹ 'ਚ ਜਿਹੜਾ ਦੂਜਾ ਗਰੁੱਪ ਹੈ ਉਹਦਾ ਵੀ ਅਸੀਂ ਐਂਟੀਸੀਡੈਂਟਸ ਚੈੱਕ ਕਰਦੇ ਪਏ
ਸੋ ਟੋਟਲ ਵੀਲ ਕਿੰਨੇ ਟੇਕ ਇਸ ਵਿੱਚ ਨਾਮਜ਼ਦ ਕੀਤੇ, ਇਸ ਵਿੱਚ ਕਿੰਨੀਆਂ ਦੀ ਗ੍ਰਿਫਤਾਰੀ ਕਰਨੀ ਜੀ? ਟੋਟਲ ਅਸੀਂ 6 ਬੰਦੇ ਇਹਦੇ ਵਿੱਚ ਅਰੈਸਟ ਕਰ ਚੁੱਕੇ ਨੇ। ਇਨੀਸ਼ੀਅਲੀ ਇਹਦੇ ਵਿੱਚ ਜਿਹੜੇ ਫੈਮਿਲੀ ਨੇ ਲਿਖਵਾਏ ਸੀ 19 ਪੀਪਲ, ਉਹਨਾਂ ਦੇ ਨਾਮ ਲਿਖਵਾਏ ਆ, ਬਟ ਵੀ ਆਰ ਵੈਰੀਫਾਈਂਗ ਵੈਦਰ ਦੇ ਵਰ ਐਕਚੁਅਲੀ ਇਨਵੋਲਵਡ ਇਨ ਦਿਸ। ਵੀ ਵਾਂਟ ਕਿ ਸਿੰਸ ਇਹ ਇਤਨਾ ਸਟ੍ਰਿੰਜੈਂਟ ਪਰਚਾ ਹੈ, ਇੰਨੀ ਸਖਤ ਧਾਰਾਵਾਂ ਦੇ ਵਿੱਚ ਹੈ, ਤੇ ਅਸੀਂ ਪ੍ਰੋਪਰ ਇਹ 'ਚ ਵੈਰੀਫਿਕੇਸ਼ਨ ਕਰਕੇ ਜਿਨ੍ਹਾਂ ਦਾ ਕਲੀਅਰ ਕੱਟ ਰੋਲ ਸਾਨੂੰ ਸਾਹਮਣੇ ਆਇਆ ਸੀ ਐਸ ਪਰ ਦਾ ਟੈਕਨੀਕਲ ਐਂਡ ਹਿਊਮਨ ਐਕਟ, ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੋਇਆ। ਬਾਕੀਆਂ ਦੇ ਮਗਰ ਵੀ ਅਸੀਂ ਹੈਗੇ ਨਾ ਫੜ ਲਾਂਗੇ। ਘਟਨਾ 'ਚ ਜਿਹੜਾ ਵਰਤਿਆ ਗਿਆ ਸੀ ਰਿਵੋਲਵਰ ਜਾਂ ਪਿਸਟਲ ਜੋ ਵੀ ਹੈ, ਉਹਦੇ ਰਿਗਾਰਡਿੰਗ ਸਾਡੇ ਕੋਲ ਲੀਡਸ ਹੈਗੇ ਬਹੁਤ ਮੇਜਰ, ਐਂਡ ਵੈਰੀ ਸੂਨ ਵੀ ਵਿਲ ਬੀ ਏਬਲ ਟੂ ਗੈਟ ਦੈਟ ਐਸ ਵੈਲ।